ਮੋਗਾ ਦੇ ਬਦਣੀ ਮੱਲਿਆਣਾ ਰੋਡ ਦੇ ਉੱਤੇ ਅਚਾਨਕ ਐਨਕਾਊਂਟਰ ਹੋ ਜਾਂਦਾ ਔਰ ਉੱਥੋਂ ਤਿੰਨ ਗੁਰਗੇ ਗ੍ਰਿਫਤਾਰ ਕਰ ਲਏ ਜਾਂਦੇ ਨੇ। ਖੂੰਖਾਰ ਗੈਂਗਸਟਰਸ ਨੂੰ ਗ੍ਰਿਫਤਾਰ ਕੀਤਾ ਗਿਆ। ਬਦਣੀ ਕਲਾ ਅਤੇ ਮੱਲਿਆਣਾ ਨੂੰ ਜੋੜਦੀ ਇੱਕ ਰੋਡ ਜਿਹੜੀ ਬਦਣੀ ਮੱਲਿਆਣਾ ਰੋਡ ਦੇ ਨਾਂ ਦੇ ਨਾਲ ਜਾਣੀ ਜਾਂਦੀ ਹੈ, ਉੱਥੇ ਐਨਕਾਊਂਟਰ ਹੋਇਆ। ਅਚਾਨਕ ਐਨਕਾਊਂਟਰ ਹੋਇਆ, ਪੁਲਿਸ ਨੇ ਨਾਕਾ ਲਾਇਆ ਹੋਇਆ ਸੀ ਔਰ ਉੱਥੇ ਇਹਨਾਂ ਤਿੰਨ ਬਦਮਾਸ਼ਾਂ ਨੂੰ ਗੁਰਗਿਆਂ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ। ਪਰ ਉਸ ਤੋਂ ਪਹਿਲਾਂ ਤਾਬੜਤੋੜ ਗੋਲੀਬਾਰੀ ਹੁੰਦੀ ਹੈ। ਤੁਹਾਨੂੰ ਦੱਸ ਦਈਏ ਕਿ ਇਹਨਾਂ ਤਿੰਨਾਂ ਦੇ ਕੋਲੋਂ ਮਾਰੂ ਹਥਿਆਰ ਵੀ ਬਰਾਮਦ ਹੋਏ ਨੇ ਔਰ ਖਾਸ ਕਰਕੇ ਦਵਿੰਦਰ ਬੰਬੀਹਾ ਗੈਂਗ ਦੇ ਨਾਲ ਸੰਬੰਧਿਤ ਲੱਕੀ ਪਟਿਆਲ ਗੈਂਗ ਦੇ ਗੁਰਗੇ ਦੱਸੇ ਜਾ ਰਹੇ ਨੇ ਇਹ ਤਿੰਨੋਂ। ਇਹਨਾਂ ਦੇ ਵਿੱਚੋਂ ਦੋ ਮੁਲਜ਼ਮ ਇੱਕੋ ਹੀ ਥਾਂ ਯਾਨੀ ਕਿ ਮਟਰਾਂ ਵਾਲਾ ਵਿਹੜਾ ਮੋਗਾ ਦੇ ਰਹਿਣ ਵਾਲੇ ਨੇ, ਜਦਕਿ ਦੂਸਰਾ ਵਿਅਕਤੀ ਜਿਸਦਾ ਨਾਮ ਨਵਦੀਪ ਹੈ ਉਹ ਕਿਸੇ ਹੋਰ ਥਾਂ ਤੋਂ ਤਾਲੁਕ ਰੱਖਦਾ ਆ। ਥਾਣਾ ਧਰਮਕੋਟ ਪੈਂਦਾ ਆ ਔਰ ਉਸਦਾ ਪਿੰਡ ਉਸੇ ਥਾਣੇ ਦੇ ਅਧੀਨ ਆਉਂਦਾ, ਥਾਣਾ ਧਰਮਕੋਟ ਮੋਗੇ ਦੇ ਅਧੀਨ ਆਉਂਦਾ। ਨਵਦੀਪ ਨਾਂ ਦਾ ਵਿਅਕਤੀ ਹੈ, ਉਹ ਵੀ ਲੱਕੀ ਪਟਿਆਲ ਗੈਂਗ ਦਾ ਗੁਰਗਾ ਦੱਸਿਆ ਜਾ ਰਿਹਾ, ਜਿਹੜਾ ਕਿ ਦਵਿੰਦਰ ਬੰਬੀਹਾ ਗੈਂਗ ਦਾ ਖਾਸ ਹੈਗਾ। ਔਰ ਨਾਲ ਦੀ ਨਾਲ ਇਹ ਵੀ ਦੱਸ ਦਈਏ ਕਿ ਜਿਹੜੇ ਬਾਕੀ ਦੇ ਦੋ ਮੁਲਜ਼ਮ ਨੇ ਜਿਨ੍ਹਾਂ ਦੇ ਨਾਮ ਸ਼ੰਕਰ ਰਾਜਪੂਤ ਅਤੇ ਯਸ਼ਵ ਦੇ ਵਜੋਂ ਹੋਈ ਹੈ, ਇਹ ਦੋਵੇਂ ਮਟਰਾਂ ਵਾਲਾ ਮੁਹੱਲਾ ਮੋਗਾ ਦੇ ਰਹਿਣ ਵਾਲੇ ਨੇ। ਤੁਹਾਨੂੰ ਇਹ ਵੀ ਦੱਸ ਦਈਏ ਇਹਨਾਂ ਦੇ ਕੋਲੋਂ 32 ਬੋਰ ਅਤੇ 30 ਬੋਰ ਦੀਆਂ ਪਿਸਤੌਲਾਂ ਬਰਾਮਦ ਹੋਈਆਂ ਨੇ ਔਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਪਹਿਲਾਂ ਹੀ ਇਤਲਾਹ ਮਿਲ ਚੁੱਕੀ ਸੀ। ਪੁਲਿਸ ਨੂੰ ਪਹਿਲਾਂ ਹੀ ਜਾਣਕਾਰੀ ਮਿਲ ਚੁੱਕੀ ਸੀ ਕਿ ਇਹ ਇਸੇ ਏਰੀਆ ਦੇ ਵਿੱਚ ਘੁੰਮ ਰਹੇ ਨੇ, ਜਿਸ ਦੇ ਚੱਲਦੇ ਪੁਲਿਸ ਵੱਲੋਂ ਇੱਕ ਸਪੈਸ਼ਲ ਨਾਕਾ ਲਗਾਇਆ ਗਿਆ ਸੀ। ਦੂਰੋਂ ਪੁਲਿਸ ਨੇ ਦੇਖਿਆ ਕਿ ਇੱਕੋ ਮੋਟਰਸਾਈਕਲ ਉੱਤੇ ਤਿੰਨ ਨੌਜਵਾਨ ਆ ਰਹੇ ਨੇ ਔਰ ਪੁਲਿਸ ਨੇ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹ ਨੌਜਵਾਨ ਮੋਟਰਸਾਈਕਲ ਉੱਥੇ ਹੀ ਛੱਡ ਕੇ ਨਾਲ ਲੱਗਦੇ ਖੇਤਾਂ ਦੇ ਵਿੱਚ ਜਾ ਵੜੇ। ਉੱਥੋਂ ਜਾ ਕੇ ਇਹਨਾਂ ਨੇ ਆਪੋ ਆਪਣੀ ਪਿਸਤੌਲ ਤੋਂ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਆ ਔਰ ਜਾਣਕਾਰੀ ਮੁਤਾਬਕ ਗੋਲੀ ਕਿਸੇ ਦੀ ਨਹੀਂ ਲੱਗੀ, ਪਰ ਜ਼ਰੂਰ ਸੱਟਾਂ ਲੱਗਣ ਦੇ ਕਾਰਨ ਇੱਕ ਪੁਲਿਸ ਮੁਲਾਜ਼ਮ ਔਰ ਦੂਸਰਾ ਮੁਲਜ਼ਮ ਜਿਹੜਾ ਇਹ ਦੋਵੇਂ ਜ਼ਖਮੀ ਹੋਏ ਨੇ। ਇੱਕ ਪੁਲਿਸ ਮੁਲਾਜ਼ਮ ਨੂੰ ਸੱਟ ਲੱਗੀ ਹੈ, ਇੱਕ ਮੁਲਜ਼ਮ ਨੂੰ ਸੱਟ ਲੱਗੀ ਹੈ ਔਰ ਜਿਹੜਾ ਮੁਲਜ਼ਮ ਹੈ ਉਹਨੂੰ ਉਸਦੇ ਸਾਥੀਆਂ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ, ਯਾਨੀ ਕਿ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ, ਕਿਉਂਕਿ ਬਹੁਤ ਦੇਰ ਤੋਂ ਇਹਨਾਂ ਦੀ ਭਾਲ ਕੀਤੀ ਜਾ ਰਹੀ ਸੀ, ਬਹੁਤ ਦੇਰ ਤੋਂ ਇਹਨਾਂ ਦੀ ਉਡੀਕ ਕੀਤੀ ਜਾ ਰਹੀ ਸੀ ਕਿ ਕਦੋਂ ਇਹ ਪੁਲਿਸ ਦੇ ਅੜਿੱਕੇ ਚੜ੍ਹਦੇ ਨੇ। ਪਰ ਆਖਿਰਕਾਰ ਮੋਗਾ ਦੇ ਇਸ ਬਦਨੀ ਮੱਲਿਆਣਾ ਰੋਡ ਦੇ ਉੱਤੇ ਅਚਾਨਕ ਇਹਨਾਂ ਨੂੰ ਘੇਰਾ ਪੈ ਜਾਂਦਾ ਔਰ ਕ੍ਰੋਸ ਫਾਇਰ ਤੋਂ ਬਾਅਦ ਆਖਿਰਕਾਰ ਗ੍ਰਿਫਤਾਰੀ ਜਿਹੜੀ ਹੈ ਉਹ ਕਰ ਲਈ ਜਾਂਦੀ ਹੈ। ਖੈਰ ਇਹਨਾਂ ਦੇ ਖਿਲਾਫ ਵੱਖ ਵੱਖ ਧਾਰਾਵਾਂ ਦੇ ਤਹਿਤ FIR ਦਰਜ ਕੀਤੀ ਗਈ ਹੈ, ਜਿਸ ਦੇ ਵਿੱਚ 307, 186, 120B ਅਤੇ 353 IPC ਦਰਜ ਨੇ ਔਰ ਇਹਨਾਂ ਦੇ ਨਾਲ ਨਾਲ ਆਰਮਸ ਐਕਟ ਦੀਆਂ ਵੱਖ ਵੱਖ ਧਾਰਾਵਾਂ ਵੀ ਜਿਹੜੀਆਂ ਨੇ ਉਹ ਵੀ ਇਹਨਾਂ ਦੇ ਖਿਲਾਫ ਲਾਈਆਂ ਗਈਆਂ ਨੇ। ਇਹਨਾਂ ਦੇ ਵਿੱਚ ਇੱਕ ਸ਼ੰਕਰ ਰਾਜਪੂਤ ਜਿਹੜਾ ਵਿਅਕਤੀ ਹੈਗਾ ਉਸਦੇ ਖਿਲਾਫ 2022 ਦੇ ਵਿੱਚ ਜਬਰ ਜਨਾਹ ਦਾ ਕੇਸ ਦਰਜ ਹੋਇਆ ਸੀ, ਉਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਪੁਲਿਸ ਥਾਣੇ ਦੇ ਵਿੱਚ ਜਦੋਂ ਸ਼ੰਕਰ ਯਾਦਵ ਨੂੰ ਰੱਖਿਆ ਗਿਆ ਉੱਥੇ ਗੈਂਗਸਟਰ ਨਾਲ ਇਸ ਦੇ ਤਲਕ ਬਣੇ ਔਰ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇਸ ਨੇ ਜੁਰਮ ਦੀ ਦੁਨੀਆ ਅਪਣਾ ਲਈ। ਖੈਰ ਉਸ ਤੋਂ ਬਾਅਦ ਦਵਿੰਦਰ ਬੰਬੀਹਾ ਅਤੇ ਲੱਕੀ ਪਟਿਆਲ ਗੈਂਗ ਇਹਨਾਂ ਦੋਵਾਂ ਗੈਂਗਸ ਦੇ ਨਾਲ ਸ਼ਮੂਲੀਅਤ ਇਹਨਾਂ ਦੀ ਰਹੀ ਹੈ ਔਰ ਆਖਿਰਕਾਰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਵੱਡੇ ਖੁਲਾਸੇ ਹੁੰਦੇ ਨੇ, ਕਿਉਂਕਿ 4 ਦਿਨ ਦਾ ਰਿਮਾਂਡ ਵੀ ਲਿਆ ਗਿਆ ਜਾਣਕਾਰੀ ਮੁਤਾਬਕ, ਉਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਪੁਲਿਸ ਵੱਲੋਂ। ਜੋ ਵੀ ਹੋਏਗਾ ਤੁਹਾਡੇ ਸਾਹਮਣੇ ਰੱਖਦੇ ਰਹਾਂਗੇ, ਉਦੋਂ ਤੱਕ ਲਈ ਬਣੇ ਰਹੋ One India Punjabi. Subscribe to One India channel and never miss an update.